ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 24 ਅਤੇ 25 ਮਈ ਵੀ ਇਹਨਾਂ ਦੋ ਦਿਨਾਂ ਦਰਮਿਆਨ ਜਿਹੜਾ ਪੰਜਾਬ ਦਾ ਮੌਸਮ ਹੈ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਹਲਚਲ ਹੋ ਸਕਦੀ ਹੈ। ਉਹਦੇ ਸਬੰਧੀ ਜਿੰਨੀ ਵੀ ਜਾਣਕਾਰੀ ਇਕੱਠੀ ਹੋਈ ਹੈ ਆਪਾਂ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੋ ਉਸ ਤੋਂ ਪਹਿਲਾਂ ਜੇਕਰ ਆਪਾਂ ਪਿਛਲੇ ਦਿਨ ਤੇ ਨਿਗਾਹ ਮਾਰੀ ਤਾਂ 23 ਮਈ ਨੂੰ ਦਿੱਤੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜਾ ਮੀਂਹ ਹਨੇਰੀ ਤੇਜ਼ ਹਵਾਵਾਂ ਦਰਜ ਕੀਤੀਆਂ ਗਈਆਂ ਨੇ ਜਿਵੇਂ ਕੱਲ ਸਵੇਰ ਵਾਲੀ ਵੀਡੀਓ ਵਿੱਚ ਆਪਾਂ ਦੱਸ ਦਿੱਤਾ ਸੀਗਾ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜੀ ਨਵੀਂ ਵਾਲੀਆਂ ਹਵਾਵਾਂ ਪਹੁੰਚ ਰਹੀਆਂ ਨੇ ਸੋ ਇਸ ਕਰਕੇ ਹੋ ਸਕਦਾ ਹੈ ਕਈ ਇਲਾਕਿਆਂ ਵਿੱਚ ਦੁਪਹਿਰ ਤੋਂ ਬਾਅਦ ਤੇਜ਼ ਹਵਾਵਾਂ ਨਾਲ ਮੀਂਹ ਇਸੇ ਤਰ੍ਹਾਂ ਮਾਝੇ ਤੇ ਦੋਆਬੇ ਦੇ ਇਲਾਕਿਆਂ ਵਿੱਚ ਜਿਵੇਂ ਅਮਰਸਰ ਨਾਲ ਲੱਗਦੇ ਇਲਾਕੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਗੜਸ਼ੰਕਰ ਜਿਹੜੇ ਨਾਲ ਲੱਗਦੇ ਇਲਾਕੇ ਇਨ੍ਹਾਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਦਰਜ ਕੀਤਾ ਗਿਆ ਹੈ ਸੋ ਅੱਜ ਹੁਣ ਦੀ ਨਜ਼ਦੀਕ ਦੀ ਗੱਲ ਕਰੀਏ 24 ਤੇ 25 ਮਈ ਦੀ ਤਾਂ 24 ਮਈ ਸਵੇਰ ਤੋਂ ਦੁਪਹਿਰ ਤੱਕ ਮੌਸਮ ਪੰਜਾਬ ਦਾ ਲਗਭਗ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਹਲਕੀ ਟੁੱਟਮੀ ਬੱਦਲਬਾਈ ਹੋ ਸਕਦੀ ਹੈ ਪਰ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਦੀ ਬੱਦਲਬਾਈ ਪਹੁੰਚ ਸਕਦੀ ਹੈ ਸੋ ਜਿਸ ਦੇ ਨਾਲ ਇਹ ਵੀ ਹੋ ਸਕਦਾ ਹੈ ਵੀ ਇੱਕ ਦੋ ਸਾਨਾ ਵਿੱਚ ਹਲਕੀ ਬੂੰਦਾਬੰਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦੀ ਗਤੀਵਿਧੀਆਂ ਕੁਝ ਇਲਾਕਿਆਂ ਵਿੱਚ ਗਰਜ ਚਮਕ ਨਾਲ ਹੋ ਸਕਦੀਆਂ ਨੇ ਪਰ ਬੱਦਲਬਾਈ ਵੈਸੇ ਜ਼ਿਆਦਾਤਰ ਹਲਕੀ ਰਹਿਣ ਦੇ ਯਸਾਰ ਨੇ ਇਸ ਦੇ ਨਾਲ ਜਰੂਰ ਹੋ ਸਕਦਾ ਹੈ ਵੀ ਕਈ ਇਲਾਕਿਆਂ ਵਿੱਚ ਜਿਹੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਨਾਲ ਗਰਜ ਚਮਕ ਵੀ ਇੱਕ ਦੋ ਸਾਨੂ ਤੇ ਹੋ ਸਕਦੀ ਹੈ ਸੋ ਇਹ ਮੌਸਮ ਜਿਹੜਾ ਬੱਦਲਬਾਈ ਦੁਪਹਿਰ ਤੋਂ ਲੈ ਕੇ ਸ਼ਾਮ ਜੱਕ ਜਾਂ ਕੁਝ ਇਲਾਕਿਆਂ ਵਿੱਚ ਦੇਰ ਰਾਤ ਤੱਕ ਬਣੀ ਬਣੀ ਰਹਿ ਸਕਦੀ ਹੈ ਤੇ ਇਸ ਦੇ ਦਰਮਿਆਨ ਜਿਹੜਾ ਤਾਪਮਾਨ ਰਹੇਗਾ ਉਹ 40 ਤੋਂ ਲੈ ਕੇ 44 ਡਿਗਰੀ ਦੇ ਦਰਮਿਆਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਹੇਗਾ ਅਤੇ 25 ਮਈ ਨੂੰ ਵੀ ਮੌਸਮ ਐ ਇਸੇ ਤਰ੍ਹਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਲਗਭਗ ਸਾਫ਼ ਰਹਿਣ ਦੀ ਉਮੀਦ ਹੈ ਦੁਪਹਿਰ ਤੋਂ ਹਲਕੀ ਟੁੱਟਵੀਂ ਬੱਦਲਵਾਈ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਇਸੇ ਦਰਮਿਆਨ 25 ਮਈ ਨੂੰ ਮੀਂਹ ਦੀਆਂ ਗਤੀਵਧੀਆਂ ਥੋੜੀਆਂ ਜਿਹੀਆਂ ਘੱਟ ਸਕਦੀਆਂ ਨੇ ਮਤਲਬ ਅਸਾਰ ਘੱਟ ਰਹਿਣਗੇ ਪਰ 24 ਮਈ ਨੂੰ ਹੋ ਸਕਦਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਇੱਕ ਦੋ ਸਨਾਂ ਤੇ ਹਲਕੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਹਨੇਰੀ ਵੀ ਇੱਕ ਦੋ ਸਨਾਂ ਤੇ ਆ ਸਕਦੀ ਹੈ ਤੇ ਉਸ ਤੋਂ ਇਲਾਵਾ ਮੀਂਹ ਦੀਆਂ ਗਤੀਵਧੀਆਂ ਹਲਕੇ ਬਹੁਤ ਹਲਕੇ ਰੂਪ ਵਿੱਚ ਕਈ ਇਲਾਕਿਆਂ ਵਿੱਚ ਦੇਖ ਨੂੰ ਮਿਲ ਸਕਦੀ ਹੈ ਸੋ ਬਾਕੀ ਅਗਲੇ ਸਮੇਂ ਦੀ ਜਾਣਕਾਰੀ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਰਹਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ ਤੇ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ